ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ਖਬਰੀ ਹੈ, ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਭਰਾਵਾਂ ਦੇ ਲਈ ਬਾਸਮਤੀ ਦੇ ਰੇਟਾਂ ਦੇ ਵਿੱਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। 3000 ਰੁਪਏ ਦਾ ਅੰਕੜਾ ਜਿਹੜੇ ਬਾਸਮਤੀ ਦੇ ਰੇਟ ਹੈ ਉਹ ਪਾਰ ਕਰ ਚੁੱਕੇ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੰਦੇ ਰੇਟ ਜਿਹੜੇ ਬਾਸਮਤੀ ਦੇ ਚੱਲ ਰਹੇ ਸੀ, 2500-2600 ਤੱਕ ਦਾ ਰੇਟ ਹੈ ਜਿਹੜਾ 1509 ਦਾ ਚੱਲ ਰਿਹਾ ਸੀ, ਪਰ ਹੁਣ ਕਾਫੀ ਤੇਜ਼ੀ ਜਿਹੜੇ ਬਾਸਮਤੀ ਦੇ ਰੇਟਾਂ ਵਿੱਚ ਦੇਖਣ ਨੂੰ ਮਿਲੀ ਹੈ। ਇਸ ਵਾਰ ਜਿਹੜਾ ਕਾਫੀ ਵੱਡੇ ਰਕਬੇ ਦੇ ਵਿੱਚ ਕਿਸਾਨ ਭਰਾਵਾਂ ਨੇ ਬਾਸਮਤੀ ਦੀ ਕਾਸ਼ਤ ਕੀਤੀ ਹੈ, ਕਿਉਂਕਿ ਪਿਛਲੇ ਸਾਲ ਜਿਹੜਾ ਵਧੀਆ ਰੇਟ ਬਾਸਮਤੀ ਦੇ ਮਿਲੇ ਸੀ। ਸੋ ਉਮੀਦ ਕਰਦੇ ਹਾਂ ਕਿ ਇਸ ਸਾਲ ਵੀ ਚੰਗੇ ਰੇਟ ਆ ਜਿਹੜੇ ਕਿਸਾਨਾਂ ਨੂੰ ਬਾਸਮਤੀ ਦੇ ਮਿਲਣਗੇ। ਸੋ ਆਪਾਂ ਦੇਖਦੇ ਹਾਂ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਕੀ ਰੇਟ ਆ ਉਹ ਬਾਸਮਤੀ ਦੇ ਚੱਲ ਰਹੇ ਆ। ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਸੰਗਰੂਰ ਮੰਡੀ ਤੋਂ, ਤਾਂ ਇੱਥੇ 1509 2740 ਰੁਪਏ ਤੋਂ ਲੈ ਕੇ 3025 ਰੁਪਏ ਤੱਕ ਵਿਕਿਆ। ਹਰਿਆਣੇ ਦੀ ਰਤੀਆ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1509 ਦਾ ਰੇਟ ਆ ਜਿਹੜਾ 2802 ਰੁਪਏ ਤੱਕ ਰਿਹਾ। ਪੰਜਾਬ ਦੀ ਬਟਾਲਾ ਮੰਡੀ ਦੇ ਵਿੱਚ ਕਾਫੀ ਚੰਗੇ ਜਿਹੜੇ ਰੇਟ ਆ ਉਹ ਬਾਸਮਤੀ ਦੇ ਰਹਿੰਦੇ ਆ, ਅਤੇ ਇੱਥੇ ਵੀ ਜਿਹੜਾ 1509 3000 ਰੁਪਏ ਦਾ ਅੰਕੜਾ ਪਾਰ ਕਰਕੇ 3010 ਰੁਪਏ ਤੱਕ ਵਿਕਿਆ। ਨਰਵਾਣਾ ਮੰਡੀ ਦੇ ਵਿੱਚ 1509 2650 ਰੁਪਏ ਤੱਕ ਵਿਕਿਆ। ਕਰੂ ਖੇਤਰ ਦੇ ਵਿੱਚ ਜਿਹੜਾ 1509 ਦੇ ਰੇਟ ਆ ਉਹ 2850 ਰੁਪਏ ਤੱਕ ਰਹੇ ਆ। ਟੋਹਾਣਾ ਮੰਡੀ ਦੇ ਵਿੱਚ 1509 2892 ਰੁਪਏ ਤੱਕ ਵਿਕਿਆ। ਪੰਜਾਬ ਦੀ ਤਰਨ ਤਾਰਨ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1509 2400 ਰੁਪਏ ਤੋਂ ਲੈ ਕੇ 2971 ਰੁਪਏ ਤੱਕ ਵਿਕਿਆ। ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ 1509 2970 ਰੁਪਏ ਤੱਕ ਵਿਕਿਆ। ਸਮਾਣਾ ਮੰਡੀ ਦੀ ਗੱਲ ਕਰੀਏ ਤਾਂ ਦੋਸਤੋ ਇੱਥੇ ਜਿਹੜਾ 1509 ਦੇ ਰੇਟ ਆ ਉਹ 2695 ਰੁਪਏ ਤੱਕ ਰਹੇ ਆ। ਹਰਿਆਣੇ ਦੀ ਜਿਹੜੀ ਫੇਮਸ ਮੰਡੀ ਆ ਸਿਰਸਾ, ਤਾਂ ਇੱਥੇ ਜਿਹੜੇ 1509 ਦੇ ਰੇਟ ਉਹ 2500 ਰੁਪਏ ਤੱਕ ਰਹੇ ਆ। ਅੱਗੇ ਗੱਲ ਕਰਦੇ ਹਾਂ ਦੋਸਤੋ ਕੈਥਲ ਮੰਡੀ ਦੀ, ਤਾਂ ਇੱਥੇ 1509 2625 ਰੁਪਏ ਤੱਕ ਵਿਕਿਆ। ਲਾਡਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਹੈ 2970 ਰੁਪਏ ਤੱਕ ਰਿਹਾ। ਚੀਕਾ ਮੰਡੀ ਦੇ ਵਿੱਚ 1509 2725 ਰੁਪਏ ਤੱਕ ਵਿਕ ਚੁੱਕਿਆ, ਅਤੇ ਰਦੌਰ ਮੰਡੀ ਦੇ ਵਿੱਚ ਜਿਹੜਾ 1509 2870 ਰੁਪਏ ਤੱਕ ਵਿਕਿਆ। ਸੋ ਇਹ ਰੇਟ ਦੋਸਤੋ ਨਵੀਂ 1509 ਬਾਸਮਤੀ ਦੇ ਮਾਰਕੀਟ ਦੇ ਵਿੱਚ ਚੱਲ ਰਹੇ ਹੈ। ਪਿਛਲੇ ਦਿਨਾਂ ਦੇ ਨਾਲੋਂ ਚੰਗੀ ਜਿਹੜੀ ਤੇਜ਼ੀ ਆ ਉਹ ਦੇਖਣ ਨੂੰ ਮਿਲੀ ਹੈ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਤੇਜ਼ੀ ਹੈ ਉਹ ਬਾਸਮਤੀ ਦੇ ਰੇਟਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਵੀਡੀਓ ਨੂੰ ਲਾਈਕ ਅਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ। ਫਿਰ ਹਾਜ਼ਰ ਹੋਵਾਂਗੇ ਨਵੇਂ ਰੇਟ ਲੈ ਕੇ। ਧੰਨਵਾਦ।